ਸੋ ਵਿਦਿਆਰਥੀਓ ਜਿਹੜਾ ਅੱਜ ਦਾ ਟੌਪਿਕ ਹੈ ਇਹ ਹੈ ਬਾਈਨਰੀ ਆਪਰੇਟਰ ਓਵਰਲੋਡਿੰਗ। ਯੂਨਰੀ ਆਪਰੇਟਰ ਓਵਰਲੋਡਿੰਗ ਅਸੀਂ ਪ੍ਰੀਵੀਅਸ ਲੈਕਚਰ 'ਚ ਡਿਸਕਸ ਕਰ ਚੁੱਕੇ ਹਾਂ। ਸੋ ਇਹ ਲੈਕਚਰ ਬਾਈਨਰੀ ਆਪਰੇਟਰ ਓਵਰਲੋਡਿੰਗ 'ਤੇ ਹੈ। ਸੋ ਜ਼ਿਆਦਾ ਡਿਫਰੈਂਸ ਨਹੀਂ ਹੈ। ਯੂਨਰੀ ਆਪਰੇਟਰ ਓਵਰਲੋਡਿੰਗ ਵਿੱਚ ਓਪਰੇਟਰ ਸਿਰਫ ਇੱਕ ਓਪਰੈਂਡ ਲੈਂਦਾ ਹੈਗਾ ਔਰ ਬਾਈਨਰੀ ਆਪਰੇਟਰ 'ਚ ਅਸੀਂ ਦੋ ਓਪਰੈਂਡ ਦਿੰਦੇ ਹੈਗੇ ਹਾਂ। ਸੋ ਯੂਨਰੀ ਆਪਰੇਟਰ ਵਾਸਤੇ ਜਿਹੜੀ ਅਸੀਂ ਫੰਕਸ਼ਨ ਬਣਾਈ ਸੀ ਓਪਰੇਟਰ ਓਵਰਲੋਡ ਕਰਨ ਵਾਸਤੇ, ਇਹਦੇ ਵਿੱਚ ਕੋਈ ਵੀ ਆਰਗੂਮੈਂਟ ਨਹੀਂ ਦਿੱਤੀ ਸੀ। ਇਹਦੇ 'ਚ ਅਸੀਂ ਇੱਕ ਸਿੰਗਲ ਆਰਗੂਮੈਂਟ ਦੇਵਾਂਗੇ ਫੰਕਸ਼ਨ ਨੂੰ। ਸੋ ਦਰ ਇਜ਼ ਲਿਟਲ ਬਿਟ ਡਿਫਰੈਂਸ ਬਿਟਵੀਨ ਯੂਨਰੀ ਆਪਰੇਟਰ ਓਵਰਲੋਡਿੰਗ ਐਂਡ ਬਾਈਨਰੀ ਆਪਰੇਟਰ ਓਵਰਲੋਡਿੰਗ। ਮੇਨ ਪੁਆਇੰਟਸ ਇਹਦੇ ਮੈਂ ਲਿਖੇ ਹੋਏ ਆ। ਇਹ ਬਾਈਨਰੀ ਆਪਰੇਟਰ ਓਵਰਲੋਡਿੰਗ ਵਰਕਸ ਔਨ ਟੂ ਓਪਰੈਂਡ, ਟੂ ਓਪਰੈਂਡ ਚਾਹੀਦੇ ਸਾਨੂੰ ਇਹ ਪਰਫੋਰਮ ਕਰਨ ਵਾਸਤੇ, ਔਰ ਐਟਲੀਸਟ ਵਨ ਪੈਰਾਮੀਟਰ ਇਜ਼ ਪਾਸ ਟੂ ਦਾ ਓਪਰੇਟਰ ਫੰਕਸ਼ਨ। ਸੋ ਇਨ ਕੇਸ ਆਫ ਯੂਨਰੀ ਆਪਰੇਟਰ ਓਵਰਲੋਡਿੰਗ ਦੇਰ ਇਜ਼ ਨੋ ਨੀਡ ਟੂ ਪਾਸ ਦਾ ਪੈਰਾਮੀਟਰ, ਬਟ ਇਨ ਕੇਸ ਆਫ ਬਾਈਨਰੀ ਆਪਰੇਟਰ ਓਵਰਲੋਡਿੰਗ ਵੀ ਨੀਡ ਟੂ ਪਾਸ ਵਨ ਪੈਰਾਮੀਟਰ ਟੂ ਦਾ ਓਪਰੇਟਰ ਫੰਕਸ਼ਨ ਐਂਡ ਓਵਰਲੋਡਿਡ ਬਾਏ ਮੈਂਬਰ ਫੰਕਸ਼ਨ ਔਰ ਦਾ ਫਰੈਂਡ ਫੰਕਸ਼ਨ। ਇਟ ਕੈਨ ਬੀ ਓਵਰਲੋਡਿਡ ਆਈਦਰ ਬਾਏ ਦਾ ਮੈਂਬਰ ਫੰਕਸ਼ਨ ਦਾ ਕਲਾਸ ਔਰ ਫਰੈਂਡ ਫੰਕਸ਼ਨ ਆਫ ਦਾ ਮੈਂਬਰ ਫੰਕਸ਼ਨ ਔਰ ਫਰੈਂਡ ਫੰਕਸ਼ਨ ਆਫ ਦਾ ਕਲਾਸ ਐਂਡ ਵਿਚ ਆਰ ਦਾ ਮੇਨ ਓਪਰੇਟਰਸ ਡੈਟ ਕੈਨ ਬੀ ਓਵਰਲੋਡਿਡ ਆਰ ਸਿੰਪਲ ਅਰਥਮੈਟਿਕ ਓਪਰੇਟਰ, ਰਿਲੇਸ਼ਨਲ ਓਪਰੇਟਰ, ਸ਼ਾਰਟ ਐਂਡ ਓਪਰੇਟਰਸ, ਲੋਜੀਕਲ ਓਪਰੇਟਰਸ। ਦੀਸ ਬਾਈਨਰੀ ਓਪਰੇਟਰਸ ਕੈਨ ਬੀ ਓਵਰਲੋਡਿਡ ਬਾਏ ਯੂਜ਼ਿੰਗ ਬਾਈਨਰੀ ਓਪਰੇਟਰ ਓਵਰਲੋਡਿੰਗ। ਸੋ ਜੇਕਰ ਅਸੀਂ ਇਹਦਾ ਸਿੰਟੈਕਸ ਦੇਖੀਏ ਕਿ ਸਿੰਟੈਕਸ ਕੀ ਹੋਏਗਾ, ਤੇ ਸਿੰਟੈਕਸ ਵਿੱਚ ਥੋੜ੍ਹਾ ਜਿਹਾ ਡਿਫਰੈਂਸ ਆਏਗਾ ਉਹਦੇ ਨਾਲੋਂ ਜਿਹੜਾ ਅਸੀਂ ਯੂਨਰੀ ਆਪਰੇਟਰ ਓਵਰਲੋਡਿੰਗ ਕੀਤਾ ਹੈ ਉਹਦੇ ਨਾਲੋਂ ਫਰਕ ਪਏਗਾ। ਸਿੰਟੈਕਸ ਅਸੀਂ ਕਲਾਸ ਕੋਈ ਵੀ ਲਵਾਂਗੇ, ਕਲਾਸ ਦਾ ਨਾਮ ਔਰ ਇਹਦੇ ਵਿੱਚ ਅਸੀਂ ਡਾਟਾ ਮੈਂਬਰਸ ਲੈਂਦੇ ਹੈਗੇ ਹਾਂ, ਉਹ ਅਸੀਂ ਪ੍ਰਾਈਵੇਟ ਵਿੱਚ ਰੱਖਦੇ ਹਾਂ ਔਰ ਫਿਰ ਪਬਲਿਕ ਦੇ ਵਿੱਚ ਅਸੀਂ ਓਪਰੇਟਰ ਰੱਖਣਾ ਹੁੰਦਾ ਹੈ, ਫੰਕਸ਼ਨਸ ਰੱਖਣੀਆਂ ਨੇ, ਡਾਟਾ ਮੈਂਬਰਸ ਰੱਖਣੇ ਹੁੰਦੇ ਆ ਔਰ ਓਪਰੇਟਰ ਜਿਹੜਾ ਅਸੀਂ ਓਪਰੇਟਰ ਓਵਰਲੋਡਿੰਗ ਕਰਨਾ ਉਹ ਵੀ ਅਸੀਂ ਡਾਟਾ ਟਾਈਪ ਦੈਨ ਕੀਵਰਡ ਯੂਜ ਕਰਦੇ ਸੀ ਓਪਰੇਟਰ ਔਰ ਫਿਰ ਥਰਡ ਅਸੀਂ ਓਪਰੇਟਰ ਦਾ ਸਿੰਬਲ ਓਪੀ ਸਿੰਬਲ ਓਪਰੇਟਰ ਦਾ ਸਿੰਬਲ ਜਿਹਨੂੰ ਅਸੀਂ ਓਵਰਲੋਡ ਕਰਨਾ, ਇਹਦਾ ਪਲੱਸ ਮਾਈਨਸ ਮਲਟੀਪਲੀਕੇਸ਼ਨ ਜਿਹਨੂੰ ਵੀ ਅਸੀਂ ਕਰਨਾ ਹੋਏ ਔਰ ਇਹਦੀ ਇੱਕ ਆਰਗੂਮੈਂਟ ਨੇ ਅਸੀਂ ਕਲਾਸ ਟਾਈਪ ਦੀ ਕਲਾਸ ਨੇਮ ਔਰ ਇਹਦਾ ਓਬਜੈਕਟ ਇੱਕ ਦੇਵਾਂਗੇ। ਸੋ ਇਹ ਆਰਗੂਮੈਂਟ ਹੋਏਗੀ ਔਰ ਇਹਦੇ ਵਿੱਚ ਅਸੀਂ ਸਾਰਾ ਜਿਹੜਾ ਹੈਗਾ ਇਹਦਾ ਕੋਡ ਲਿਖਾਂਗੇ ਅਤੇ ਕਲਾਸ ਨੂੰ ਅਸੀਂ ਕਲੋਜ਼ ਕਰ ਦਾਂਗੇ। ਦਿਸ ਇਜ਼ ਅ ਜਨਰਲ ਸਿੰਟੈਕਸ ਫੋਰ ਓਵਰਲੋਡਿੰਗ ਇਹ ਬਾਈਨਰੀ ਓਪਰੇਟਰ। ਸੋ ਇਹਨੂੰ ਹੀ ਜਨਰਲ ਸਿੰਟੈਕਸ ਲਵਾਂਗੇ ਔਰ ਇਸ ਤੋਂ ਬਾਅਦ ਅਸੀਂ ਇੱਕ ਐਗਜ਼ਾਮਪਲ ਇਹਦੀ ਕਰਕੇ ਦੇਖਾਂਗੇ ਜਿਹੜੀ ਕਿ ਸਾਨੂੰ ਓਪਰੇਟਰ ਓਵਰਲੋਡਿੰਗ ਕਿੱਦਾਂ ਕਰਨੀ ਹੈ, ਬਾਈਨਰੀ ਓਪਰੇਟਰ ਓਵਰਲੋਡਿੰਗ ਅਸੀਂ ਕਿੱਦਾਂ ਪਰਫੋਰਮ ਕਰਨੀ ਹੈ ਉਹਦੇ ਵਾਸਤੇ ਇੱਕ ਐਗਜ਼ਾਮਪਲ ਅਸੀਂ ਕਰਦੇ ਹਾਂ। ਸੋ ਸਭ ਤੋਂ ਪਹਿਲਾਂ ਇੱਕ ਅਸੀਂ ਕਲਾਸ ਇਹਦੇ ਲਈ ਬਣਾਵਾਂਗੇ ਜਿਹੜੀ ਕਲਾਸ ਦਾ ਨਾਮ ਰੱਖ ਦਿੰਦੇ ਹਾਂ ਆਪਾਂ ਕਲਾਸ ਸਟੂਡੈਂਟ ਔਰ ਸਟੂਡੈਂਟ ਕਲਾਸ ਦੇ ਵਿੱਚ ਅਸੀਂ ਇੱਕ ਪ੍ਰਾਈਵੇਟ ਡਾਟਾ ਮੈਂਬਰ ਸਿਰਫ ਇੱਕ ਹੀ ਲੈਂਦੇ ਹਾਂ ਸਿੰਪਲ ਕਰਨ ਵਾਸਤੇ। ਇੰਟੀਜ਼ਰ ਅਸੀਂ ਮਾਰਕਸ ਲੈ ਲਏ ਔਰ ਫਿਰ ਪਬਲਿਕ ਦੇ ਵਿੱਚ ਇਹਨੂੰ ਇਨੀਸ਼ਲਾਈਜ਼ ਕਰਨ ਵਾਸਤੇ ਆਪਾਂ ਕੰਸਟਰਕਟਰ ਬਣਾਉਣਾ ਹੈ ਸਟੂਡੈਂਟ। ਪਹਿਲੇ ਡਿਫੋਲਟ ਕੰਸਟਰਕਟਰ ਬਣਾ ਦਿੰਦੇ ਹਾਂ, ਇਹਦਾ ਇੱਕ ਡਿਫੋਲਟ ਕੰਸਟਰਕਟਰ ਮਤਲਬ ਕੋਈ ਵੀ ਆਰਗੂਮੈਂਟ ਨਹੀਂ ਆਉਣੀ। ਸੋ ਮਾਰਕਸ ਇਜ ਇਕੁਅਲ ਟੂ ਜ਼ੀਰੋ। ਫਿਰ ਅਸੀਂ ਇੱਕ ਇਹਦਾ ਪੈਰਾਮੀਟਰਾਈਜ਼ਡ ਕੰਸਟਰਕਟਰ ਬਣਾਉਣੇ ਜਿਹ 'ਚ ਆਰਗੂਮੈਂਟ ਹੁੰਦੀ ਹੈ। ਸੋ ਇੰਟੀਜ਼ਰ ਮੰਨ ਲਓ ਜੈਡ ਲਿਖਦੇ ਹਾਂ ਅਸੀਂ ਔਰ ਇਹਦੇ 'ਚ ਅਸੀਂ ਮਾਰਕਸ ਨੂੰ ਵੈਲਿਊ ਦੇ ਦੇਣੀ ਹੈਗੀ ਜੈਡ ਦੀ। ਸੋ ਇਹ ਪੈਰਾਮੀਟਰਾਈਜ਼ ਕੰਸਟਰਕਟਰ ਹੋ ਗਿਆ, ਡਿਫੋਲਟ ਕੰਸਟਰਕਟਰ, ਪੈਰਾਮੀਟਰਾਈਜ਼ ਕੰਸਟਰਕਟਰ। ਫਿਰ ਇਸ ਤੋਂ ਬਾਅਦ ਓਪਰੇਟਰ ਓਵਰਲੋਡ ਨੈਕਸਟ ਫੰਕਸ਼ਨ ਕਰਨੀ ਹੈ, ਜਗ੍ਹਾ ਨਹੀਂ ਆ ਇੱਥੇ ਕਰਦਾ। ਸੋ ਅਸੀਂ ਸਟੂਡੈਂਟ ਟਾਈਪ ਦੀ ਫੰਕਸ਼ਨ ਰੱਖਣੀ ਹੈਗੀ ਹੈ ਜੋ ਕਲਾਸ ਟਾਈਪ ਇਹਦੀ ਡਾਟਾ ਟਾਈਪ ਰੱਖਣੀ ਹੈ ਸਟੂਡੈਂਟ। ਫਿਰ ਅਸੀਂ ਕੀਵਰਡ ਲਿਖਣਾ ਹੈ ਓਪਰੇਟਰ ਹਮੇਸ਼ਾ ਇੱਥੇ, ਪਹਿਲਾਂ ਡਾਟਾ ਟਾਈਪ ਦੇਣੀ ਹੈਗੀ ਇਹਦੇ 'ਚ, ਫਿਰ ਅਸੀਂ ਓਪਰੇਟਰ ਇੱਕ ਕੀਵਰਡ ਯੂਜ਼ ਕਰਨਾ ਔਰ ਸਿੰਬਲ ਜਿਹਨੂੰ ਅਸੀਂ ਓਪਰੇਟਰ ਦਾ ਸਿੰਬਲ ਜਿਹਨੂੰ ਅਸੀਂ ਓਵਰਲੋਡ ਕਰਨਾ ਹੈ ਔਰ ਇਹਦੇ 'ਚ ਆਰਗੂਮੈਂਟ ਆਰਗੂਮੈਂਟ ਆਏਗੀ ਸਟੂਡੈਂਟ
स्पेस दे के थोड़ी स्पेस देनी है और कोई एदा ऑब्जेक्ट स्टूडेंट का ऑब्जेक्ट मान लो सी पी लेने हैं पी एदा ऑब्जेक्ट सो एदा सी कोड दवांगे कोड दे विच सी इतने एक स्टूडेंट का होर सू ऑब्जेक्ट यूज करना पड़ेगा स्टूडेंट का टैंप सो असी एक स्टूडेंट का टैंप ऑब्जेक्ट ले लिया सो टैंप की हैल्प के नाल असी जी एडिशन परफॉर्म करांगे सो टैंप डॉट मार्क्स इज इक्वल टू मार्क्स प्लस पी डॉट मार्क्स सो रिटर्न मार्क्स तो सिर्फ इन्ना असी कोड यूज करांगे जिहड़ा दो ऑब्जेक्ट्स की जिहड़ी है जेकर असी एडिशन परफॉर्म करनी है सो असी फिर देखते हैं पहला डेटा टाइप जिहड़ी हैगी क्लास की स्टूडेंट फिर स्टूडेंट असी इहदे को क्लास हैगी है सो उही डेटा टाइप रखी है ऑपरेटर असी कीवर्ड यूज करना इत्थे सिंबल जिहना प्लस माइनस मल्टीप्लीकेशन जिहनू वी असी ओवरलोड करना एक ऑब्जेक्ट जिहड़ी है आर्गूमेंट देनी पैनी है सो ये जुन बाइनरी ऑपरेटर से देनी पेगी जुनरी ऑपरेटर से कोई लोड़ नहीं और ये असी सू एक ऑब्जेक्ट बनाना पेगा टेंपरेरी ऑब्जेक्ट बना लिया टेंपरेरी ऑब्जेक्ट के मार्क्स के एक मार्क्स जेडे पहला ही है साढ़े को इनिशियलाइज करा पहले ऑब्जेक्ट के मार्क्स प्लस पी डॉट मार्क्स जो दूजा ऑब्जेक्ट इनू आर्गूमेंट आएगा सो पी डॉट मार्क्स असी प्लस करा और दैट वैल्यू विल बी रिटर्न टू द कॉलिंग फंक्शन सो उस बाद एक सिंपल डिस्प्ले करने वास्ते एक होर फंक्शन बना लो void display सो ये असी ऑलरेडी लगभग सारे प्रोग्रामा च बनाते ही आ रहे हैं जिन्हें कि मार्क्स नू डिस्प्ले करना है सो इस कुछ नहीं होगा cout marks is equal to marks बस और असी इतने आके क्लास क्लोज कर देंगे सो ये सिंपल एनी असी एक क्लास स्टूडेंट बनाई है जिदे विच डेटा मैंबर प्राइवेट सिर्फ मार्क्स एक ही डेटा मैंबर लिया हुआ और फिर असी जिहड़ा एक कंस्ट्रक्टर बना रहा डिफॉल्ट कंस्ट्रक्टर असी कह दें असा डिफॉल्ट है और आ कंस्ट्रक्टर है पैरामीटराइज कंस्ट्रक्टर है इतने असी वैल्यू जेड दी हुई है जेड इनिशियलाइज करती फिर असी ओपरेटर ओवरलोड किया प्लस न सो वो असी कोड पढ़ चुके हैं फिर उस बाद एक फंक्शन असी बनाई हुई है डिस्प्ले मैंबर फंक्शन सो सिर्फ इन्ना कुछ करने ही असी प्लस ऑपरेटर ओवरलोड कर लिया हूँ असी इनू असी कॉल करा मेन प्रोग्राम के सो वो असी कि करते हैं void main सो स्टूडेंट क्लास के असी ऑब्जेक्ट बना लेने हैं एल असी 50 नाल इनिशियलाइज कर लिया एम 30 नाल इनिशियलाइज कर लिया एन असी एज इट रख लेने हैं सो तीन ऑब्जेक्ट है एल एम ते एन इस स्टूडेंट क्लास के और अगर हम जरा क्योंकि असी ओवरलोड कर चुके हैं ऑपरेटर फंक्शन प्लस नू सो असी लिख सकते एन इज इक्वल टू एल प्लस एम सो एल एंड एम नू असी एडिशन कर रहे हैं जेकर असी इन ओवरलोड ना किया हों इट वुड हैव प्रोड्यूस्ड एरर मैसेज बिकॉज प्लस ऑपरेटर कैनॉट वर्क ऑन ऑब्जेक्ट्स इट कैन वर्क ऑन यूजर डिफाइंड डेटा टाइप्स नाउ वी हैव ओवरलोडेड प्लस फंक्शन सो इट कैन वर्क ऑन ऑब्जेक्ट सो इट विल परफॉर्म एडिशन ऑफ एल प्लस एम एंड दैट विल बी स्टोर्ड इनटू एन सो वी विल यूज एन डॉट डिस्प्ले टू डिस्प्ले द वैल्यूज इन एन सो get ch and we will close this main program so it will produce the desired result so output jekar assi output banane aaya output window so you will see it will display marks is equal to 80 this will be the result so this is how we can overload operator binary operator in the previous lecture we have overloaded the unary operator so you can see this video and if there is any problem you can contact me by sending message or by calling me or whatever way you want to contact so that's all for binary operator overloading so thank you